ਹਰਨੀਆ ਦੀ ਪ੍ਰੋਬਲਮ ਸੀਗੀ ਬਚਪਨ ਤੋਂ, ਤੇ ਉਹਦੇ ਵਾਸਤੇ ਫਿਰ ਮੈਂ ਕਾਫੀ ਰਿਸਰਚ ਕੀਤੀ ਸਟਾਰ ਹਸਪੀਟਲ ਦਾ। ਇਹਦੇ ਬਾਰੇ ਮੈਨੂੰ ਯੂਟਿਊਬ ਤੋਂ ਪਤਾ ਲੱਗਾ, ਮੈਨੂੰ ਲੋਕਾਂ ਦੇ ਰਿਵਿਊ ਸਿੱਖੇ ਤੇ ਮੈਨੂੰ ਵਧੀਆ ਲੱਗਾ। ਮੈਂ ਇੱਥੇ ਵਿਜ਼ਿਟ ਕੀਤਾ, ਲਾਸਟ ਵੀਕ ਮੈਂ ਇੱਥੇ ਆਪਰੇਸ਼ਨ ਹੋਇਆ, ਰਿਕਵਰੀ ਬਹੁਤ ਫਾਸਟ ਹੋ ਗਈ। ਨੈਕਸਟ ਡੇ ਮੈਂ ਤੁਹਾਨੂੰ ਪਿੰਡ ਲੱਗ ਗਿਆ ਸੀਗਾ। ਓਵਰਆਲ ਵਧੀਆ ਐਕਸਪੀਰੀਅੰਸ ਰਿਹਾ। ਬਲਪ੍ਰੀਤ ਸਿੰਘ, ਮੈਂ ਲੋਕਲੀ ਰਹਾਂ ਤਾਂ ਅੰਮ੍ਰਿਤਸਰ ਤੋਂ, ਪਰ ਮੈਂ ਕੈਨੇਡਾ ਰਹਿੰਦਾ। ਅਤੇ ਮੈਨੂੰ ਹਰਨੀਆ ਦੀ ਪ੍ਰੋਬਲਮ ਸੀਗੀ ਬਚਪਨ ਤੋਂ, ਅਤੇ ਇਹਦੇ ਬਾਰੇ ਮੈਂ ਕਾਫੀ ਰਿਸਰਚ ਕੀਤੀ ਕਿ ਇਹਦਾ ਇਲਾਜ, ਮੈਂ ਇੱਕ ਹੀ ਸੁਣਿਆ ਸੀਗਾ ਕਿ ਸਰਜਰੀ ਹੋਣੀ ਆ, ਹੋਰ ਕੋਈ ਇਲਾਜ ਨਹੀਂ ਹੈਗਾ। ਅਤੇ ਉਹਦੇ ਵਾਸਤੇ ਫਿਰ ਮੈਂ ਕਾਫੀ ਰਿਸਰਚ ਕੀਤੀ ਕਿ ਸਰਜਰੀ ਕਿੱਥੋਂ ਕਰਾਈ ਜਾਵੇ। ਅਤੇ ਇਹ ਜਿਹੜਾ ਸਟਾਰ ਹੋਸਪਿਟਲ ਹੈਗਾ, ਇਹਦੇ ਬਾਰੇ ਮੈਨੂੰ ਯੂਟਿਊਬ ਤੋਂ ਪਤਾ ਲੱਗਾ, ਮੈਂ ਲੋਕਾਂ ਦੇ ਰਿਵਿਊ ਸਿੱਖੇ ਅਤੇ ਮੈਨੂੰ ਵਧੀਆ ਲੱਗਾ। ਅਤੇ ਮੈਂ ਇੱਥੇ ਵਿਜ਼ਿਟ ਕੀਤਾ ਅਤੇ ਡਾਕਟਰ ਸਾਹਿਬ ਨੂੰ ਮਿਲ ਕੇ ਵੀ ਉਹਨਾਂ ਦੀ ਫਸਟ ਕੰਸਲਟੇਸ਼ਨ ਮੈਨੂੰ ਵਧੀਆ ਲੱਗੀ। ਅਤੇ ਉਹਨਾਂ ਨੇ ਦੱਸਿਆ ਕਿ ਮੈਨੂੰ ਇਹ ਆਪਰੇਸ਼ਨ ਐਜ਼ ਸੂਨ ਐਜ਼ ਪੋਸੀਬਲ ਕਰਾ ਲੈਣਾ ਚਾਹੀਦਾ, ਕਿਉਂਕਿ ਫਿਊਚਰ ਵਿੱਚ ਜ਼ਿਆਦਾ ਪ੍ਰੋਬਲਮ ਨਾ ਹੋਵੇ। ਅਤੇ ਲਾਸਟ ਵੀਕ ਮੇਰਾ ਇੱਥੇ ਆਪਰੇਸ਼ਨ ਹੋਇਆ ਅਤੇ ਸਾਰਾ ਕੁਛ ਮੈਨੂੰ ਬਹੁਤ ਵਧੀਆ ਲੱਗਾ। ਸਰਜਰੀ ਵੀ ਹੋ ਗਈ, ਬਹੁਤ ਪੇਨਫੁਲ ਪ੍ਰੋਸੀਜਰ ਨਹੀਂ ਸੀਗਾ। ਅਤੇ ਜਿੱਦਾਂ ਜਿੱਦਾਂ ਮੈਨੂੰ ਦੱਸਿਆ ਗਿਆ ਸੀਗਾ ਸਾਰਾ ਕੁਛ ਉੱਦਾਂ ਹੀ ਹੋਇਆ। ਅਤੇ ਸਟਾਫ ਵੀ ਵੈਰੀ ਬਹੁਤ ਹੈਲਪਫੁਲ ਸੀਗਾ। ਓਵਰਆਲ ਵਧੀਆ ਐਕਸਪੀਰੀਅੰਸ ਰਿਹਾ। ਮੇਰੀ ਲੈਪਰੋਸਕੋਪਿਕ ਸਰਜਰੀ ਹੋਈ ਆ, ਜਿਹਦੇ ਵਿੱਚ 2 ਤੋਂ 3 ਇੰਸੀਜਨਸ ਹੋਏ ਆ, ਪਰ ਉਹ ਵੀ ਕੋਈ ਮੇਜਰ ਇੰਸੀਜਨਸ ਨਹੀਂ ਸੀਗੀ। ਰਿਕਵਰੀ ਬਹੁਤ ਫਾਸਟ ਹੋ ਗਈ। ਨੈਕਸਟ ਡੇ ਮੈਂ ਤੁਹਾਨੂੰ ਪਿੰਡ ਲੱਗ ਗਿਆ ਸੀਗਾ। ਅਤੇ ਅੱਜ ਮੈਨੂੰ 1 ਵੀਕ ਬਾਅਦ ਮੈਂ ਇੱਥੇ ਵਿਜ਼ਿਟ ਕੀਤਾ ਆ ਅਤੇ ਮੈਂ ਪੂਰਾ ਨੋਰਮਲ ਫੀਲ ਕਰ ਰਿਹਾ। ਅਤੇ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਜਿਨ੍ਹਾਂ ਨੂੰ ਵੀ ਇਹ ਪ੍ਰੋਬਲਮ ਹੈ, ਕੋਈ ਸਟਾਰ ਹੋਸਪਿਟਲ ਜ਼ਰੂਰ ਵਿਜ਼ਿਟ ਕਰੋ।